ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਸਿੱਖ ਹੈਰੀਟੇਜ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਖੋਰੇ ਸਰ ਸੰਤਾਲੀ ਦੇ ਇਹ ਸਟਰਕਚਰ ਜੋ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਇਹ ਪਿੰਡ ਕੋਰੀਆਂ ਦੇ ਵਿੱਚ ਹੈ। ਕੋਰੀਆਂ ਪਿੰਡ ਮਨਾਲਾ ਤੋਂ ਤਕਰੀਬਨ 6 ਤੋਂ 7 ਕਿਲੋਮੀਟਰ ਹੈ, ਔਰ ਇਹਦੇ ਨਾਲ ਹੀ ਛਿਣਕੋ ਮੰਡੀ ਹੈ ਜਗ੍ਹਾ ਦਾ ਨਾਮ। ਉਹਦੇ ਮੁਤਲਕ ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ, ਲੇਕਿਨ ਬਾਦੋਂ ਇਹ ਇੱਕ ਪਿੰਡ ਦਾ ਜਿਹੜਾ ਸੀ ਪ੍ਰਕਾਸ਼ ਸਥਾਨ ਹੈ, ਔਰ ਇਹਦੇ ਚਾਰੋਂ ਪਾਸੇ 4 ਦਰਵਾਜ਼ੇ ਸਨ, ਠੀਕ ਹੈ ਜੀ, ਔਰ ਇਹਦੇ ਆਲੇ ਦੁਆਲੇ ਕਮਰੇ ਵੀ ਸਨ। ਇਹ ਔਰ ਸਭ ਪਿੰਡ ਦਾ ਸਭ ਤੋਂ ਉੱਚਾ ਸਥਾਨ ਸੀ ਉਸ ਵੇਲੇ, ਔਰ ਅੱਜ ਵੀ ਇਹਦੇ ਅੰਦਰ ਤਮਾਮ ਗੁਰੂਆਂ ਦੇ ਨਾਮ ਦੇ ਜਿਹੜਾ ਫਰੈਸ਼ੋ ਵਰਕ ਹੈ ਉਹ ਅੱਜ ਵੀ ਬਾਕੀ ਹੈ। ਆਓ ਮੈਂ ਤੁਹਾਨੂੰ ਦਿਖਾਉਣਾ ਚੱਲਣਾ ਵਾਂ ਪਿੰਡ ਕੋਰੀਆਂ ਦਾ ਪ੍ਰਕਾਸ਼ ਸਥਾਨ ਜਿਹੜਾ ਸੀ। ਇਹ ਆਰਟ ਵਰਕ ਹੈ, ਬਹੁਤ ਪਿਆਰਾ ਆਰਟ ਵਰਕ ਹੈ। ਬਾਬਾ ਗੁਰੂ ਨਾਨਕ ਸਾਹਿਬ, ਬਾਬਾ ਮਰਦਾਨਾ ਔਰ ਬਾਬਾ ਬਾਲਾ ਜੀ, ਪਹਿਲੇ ਗੁਰੂ ਬਾਬਾ ਮਰਦਾਨਾ, ਬਾਬਾ ਗੁਰੂ ਨਾਨਕ ਸਾਹਿਬ, ਇਸੇ ਤਰ੍ਹਾਂ 10 ਦੇ 10 ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਨੇ। ਕਿਉਂਕਿ ਗੁਰਮੁਖੀ ਨਹੀਂ ਆਉਂਦੀ ਮੈਨੂੰ, ਇਸ ਵਾਸਤੇ ਜਿਹੜੇ ਲੋਕ ਗੁਰਮੁਖੀ ਪੜ੍ਹ ਸਕਦੇ ਨੇ ਉਹ ਨਾਮ ਦੱਸਦੇ ਜਾਣਗੇ ਵੀ ਇਹ ਕੌਣ ਕੌਣ ਬੈਠਾ ਹੋਇਆ। ਬਹੁਤ ਹੀ ਖੂਬਸੂਰਤੀ ਨਾਲ ਇਸ ਪ੍ਰਕਾਸ਼ ਸਥਾਨ ਨੂੰ ਸਜਾਇਆ ਗਿਆ ਸੀ। ਇਹ ਦੇਖੋ, 1, 2, 3 ਔਰ ਰੋਡ ਸਾਈਡ ਦੇ ਉੱਤੇ ਚੌਥਾ ਦਰਵਾਜ਼ਾ ਸੀ। ਮੇਰੇ ਨਾਲ ਆਏ ਹੋਏ ਨੇ ਅੱਜ ਵੀਰ ਸ਼ੇਵ ਰਜ਼ਾ ਸਾਹਿਬ, ਕਾਸ਼ਿਫ ਕੁਰਕੀ, ਸ਼ਾਲੀਮਾਰ ਬਾਗ, ਔਰ ਤੁਸੀਂ ਇਹ ਦੇਖੋ ਇਹਦੇ ਵਿੱਚ ਬੜਾ ਪਿਆਰਾ ਡਿਟੇਲ ਨਾਲ ਵਾਲ ਆਰਟ ਦਿੱਤਾ ਹੋਇਆ ਹੈ। ਇਹ ਦੇਖੋ, ਪੂਰਾ ਸਿੱਖ ਆਰਟ ਹੈ। ਇਹ ਕੋਈ ਮਹਿਫਿਲ ਸੱਜੀ ਹੋਈ ਹੈ, ਔਰ ਉਸ ਤੋਂ ਬਾਅਦ ਇਹ ਕਤਲ ਕੀਤਾ ਜਾ ਰਿਹਾ ਕਿਸੇ ਦਾ, ਇਹ ਫਿਰ ਅੱਗੇ ਕੁਸ਼ਤੀ ਹੋ ਰਹੀ ਹੈ। ਇੱਥੇ ਕੋਈ ਇਬਾਦਤ ਕਰ ਰਿਹਾ, ਕਿਸੇ ਗੁਰੂ ਜੀ ਨਾਲ ਬੈਠੇ ਹੋਏ ਨੇ, ਔਰ ਇੱਥੇ ਫਿਰ ਅੱਗੇ ਕੋਈ ਇਹ ਕੋਈ ਮੈਰੀਕਲ ਦਿਖਾਇਆ ਗਿਆ ਕਿਸੇ ਦਾ। ਉਸ ਤੋਂ ਬਾਅਦ ਇਹ ਸਨੇਕ ਚਾਰਮਰ ਹੈ,
ਫਿਰ ਅੱਗੇ ਹੈ ਭੈੜੇ ਨੂੰ ਮਾਰਿਆ ਜਾ ਰਿਹਾ, ਬਾਹਰਲੇ ਨੂੰ ਮਾਰਿਆ ਜਾ ਰਿਹਾ ਪਿਗ ਨੂੰ, ਔਰ ਅੱਗੇ ਫਿਰ ਹੈ ਬੱਕਰੇ ਨੂੰ ਕੱਟਿਆ ਜਾ ਰਿਹਾ, ਇੱਥੇ ਸ਼ਿਕਾਰ ਲੜਿਆ ਜਾ ਰਿਹਾ, ਅੱਗੇ ਖੇਲਿਆ ਜਾ ਰਿਹਾ ਸਾਰੀ। ਇਸ ਤਰ੍ਹਾਂ ਸਾਰਾ ਵਾਲ ਫ੍ਰੈਸਕੋ ਹੈ। ਫਿਰ ਉੱਤੇ ਤੁਸੀਂ ਦੇਖੋ ਤਾਂ ਇਹ ਬਹੁਤ ਖੂਬਸੂਰਤ ਤਰੀਕੇ ਨਾਲ ਵਾਲ ਫ੍ਰੈਸਕੋ ਜਿਹੜਾ ਉਹਨੂੰ ਪ੍ਰੈਜੈਂਟ ਕੀਤਾ ਗਿਆ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਇਹ ਸਿਰਫ ਔਰ ਸਿਰਫ ਮੁਗਲੀਆ ਤਸ ਦੇ ਉੱਤੇ ਬਾਹਰ ਬੈਕ ਸਾਈਡ ਦੇ ਵੇ ਇਹ ਦੇਖੋ, ਇਹਦੇ ਉੱਤੇ ਕੋਈ ਖਾਸ ਕੋਈ ਫੀਚਰਸ ਨਹੀਂ ਹੈ। ਲੇਕਿਨ ਫਰੰਟ ਦੇ ਉੱਤੇ ਇੱਥੇ ਐਂਟਰਸ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਦੀ ਔਰ ਬਾਕੀ ਗੁਰੂਆਂ ਦੀਆਂ ਤਸਵੀਰਾਂ ਬਾਹਰਲੇ ਪਾਸੇ ਵੀ ਬਣੀਆਂ ਹੋਈਆਂ ਸਨ। ਸਿਰਫ ਇਹ ਥੋੜ੍ਹਾ ਜਿਹਾ ਫੇਸ ਬਾਬਾ ਗੁਰੂ ਨਾਨਕ ਸਾਹਿਬ ਦਾ ਨਜ਼ਰ ਆ ਰਿਹਾ, ਔਰ ਬਾਕੀ ਜਿਹੜੀ ਹੈ ਇਹ ਕੋਈ ਕਥਾ ਹੈ ਇੱਥੇ, ਹੁਣ ਪਤਾ ਨਹੀਂ ਹੈ ਕੀ ਹੈ, ਕੋਈ ਸਮਝ ਨਹੀਂ ਆ ਰਹੀ ਹੈ। ਇਹ ਦੇਖੋ ਬਾਕੀ ਬਹੁਤ ਮਿਹਨਤ ਕੀਤੀ ਗਈ ਸੀ, ਬਹੁਤ ਬਰੀਕੀ ਨਾਲ ਕੰਮ ਕੀਤਾ ਗਿਆ ਸੀ ਇਸ ਦੇ ਉੱਤੇ, ਆਰਟ ਦੇ ਉੱਤੇ, ਔਰ ਪ੍ਰੀ ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਲੋਕ ਕੁਛ ਅਰਸਾ ਤੱਕ ਜਿਹੜਾ ਸੀ ਇਹਦੇ 'ਤੇ ਚਿਰਾਗ ਬੱਤੀ ਕਰਦੇ ਰਹੇ ਨੇ। ਔਰ ਮੈਂ ਇਹ ਵੀ ਸੁਣਿਆ ਹੈ ਕਿ ਇੱਥੇ ਕਿਸੇ ਦਾ ਪੈਰਾ ਸੀ ਇਸ ਜਗ੍ਹਾ ਦੇ ਉੱਤੇ। ਇਹ ਦੇਖੋ ਤੁਸੀਂ ਹਾਲੇ ਤੱਕ ਚਿਰਾਗ ਜਿਹੜੇ ਨੇ ਜਲਨ ਦੀ ਹਾਲੇ ਵੀ ਦੇਖੋ ਨਿਸ਼ਾਨੀਆਂ ਬਾਕੀ ਨੇ। ਇਸ ਇਹ ਦੇਖੋ ਇਹ ਸਾਰੇ ਪਾਸੇ ਤਕਰੀਬਨ 12 ਜਿਹੜੀਆਂ ਸਨ ਇਹ ਬਣੀਆਂ ਹੋਈਆਂ ਸੀ, ਅਤੇ ਟੋਟਲ ਇਹਦੇ 'ਤੇ ਜਿਹੜਾ ਉਹ ਸਾਰਾ ਕੰਮ ਸੀ, ਔਰ ਇਹਦੇ 'ਤੇ ਲੋਕ ਬਹੁਤ ਇਹਦੀ ਇੱਜ਼ਤ ਕਰਦੇ ਸਨ। ਇਸੇ ਲਈ ਹਲੇ ਤੱਕ ਇਸ ਜਗ੍ਹਾ ਨੂੰ ਤੋੜਿਆ ਨਹੀਂ ਗਿਆ ਜਾਂ ਖਰਾਬ ਨਹੀਂ ਕੀਤਾ ਗਿਆ। ਇਹ ਕੁਛ ਵੈਦਰ ਇਫੈਕਟ ਔਰ ਕੁਛ ਅਰਥਕਵਿਕ ਦੀ ਵਜ੍ਹਾ ਨਾਲ, ਕੁਛ ਰੋਡ ਕੰਸਟਰਕਸ਼ਨ ਦੇ ਦਰਮਿਆਨ ਜਿਹੜਾ ਸੀ ਇਹ ਖਤਮ ਹੋਇਆ, ਵਰਨਾ ਕਿਹਾ ਜਾ ਰਿਹਾ ਸੀ ਕਿ ਇੱਥੇ ਲੋਕ ਜਿਹੜੇ ਨੇ ਬਾਕਾਇਦਾ ਤੌਰ ਦੇ ਉੱਤੇ ਕੋਈ ਬਜ਼ੁਰਗ ਦੀ ਹਾਜ਼ਰੀ ਹੁੰਦੀ ਸੀ। ਔਰ ਕਿਉਂਕਿ ਮੈਂ ਇੱਥੇ ਦਾ ਰਹਿਣ ਵਾਲਾ ਨਹੀਂ ਹਾਂ, ਮੈਂ ਇਸਨੂੰ ਕਨਫਰਮ ਨਹੀਂ ਕਰ ਸਕਦਾ, ਲੇਕਿਨ ਲੋਕ ਜਿਹੜੇ ਕਹਿ ਰਹੇ ਸਨ ਕਿ ਵੀ ਜਦੋਂ ਮੈਂ ਫਸਟ ਟਾਈਮ ਇੱਥੇ ਆਇਆ ਸੀ ਔਰ ਇਸ ਜਗ੍ਹਾ ਦੇ ਉੱਤੇ ਇਹ ਜਿਹੜੀ ਜਗ੍ਹਾ ਹੈ ਇਹ ਬਾਕਾਇਦਾ ਤੌਰ ਦੇ ਉੱਤੇ ਇੱਥੇ ਦਰਮਿਆਨ ਵਿੱਚ ਇੱਕ ਥੜਾ ਬਣਿਆ ਹੋਇਆ ਸੀ, ਯਾਨੀ ਕਿ ਮੈਨੂੰ ਤਾਂ ਹੁਣ ਮੈਂ ਪੜ੍ਹਿਆ ਲਿਖਿਆ, ਮੈਂ ਸਿੱਖ ਹਿਸਟਰੀ ਦੇ ਮਤਲਬ ਜਾਣਦਾ ਵਾਂ ਕਿ ਉਹ ਪ੍ਰਕਾਸ਼ ਅਸਥਾਨ ਸੀ ਇਸ ਜਗ੍ਹਾ ਦੇ ਉੱਤੇ, ਔਰ ਉਹਦੇ ਥੱਲੇ ਕੁਝ ਲੋਕਾਂ ਦੀਆਂ ਮਾਨਤਾਂ ਦਫਨਾਈਆਂ ਹੋਈਆਂ ਸੀ ਜਾਂ ਥੱਲੇ ਕੁਛ ਰੱਖਿਆ ਹੋਇਆ ਸੀ, ਔਰ ਬਾਅਦ ਵਿੱਚ ਆ ਕੇ ਕੁਝ ਲੋਕ ਇੱਥੋਂ ਲੈ ਕੇ ਗਏ ਨੇ ਆਪਣੀ ਟ੍ਰੇਜਰੀ ਜਿਹੜੀ ਵੀ ਸੀ, ਜੋ ਵੀ ਮੌਜੂਦ ਸੀ ਉਹ ਇੱਥੋਂ ਲੈ ਕੇ ਗਏ ਨੇ ਇਸ ਜਗ੍ਹਾ ਤੋਂ। ਅਤੇ ਇਹਦੇ ਕਰੀਬ ਕਰੀਬ ਕਾਫੀ ਇਹ ਜਗ੍ਹਾ ਜਿਹੜੀ ਹੈ ਇਹ ਦੱਸੀ ਜਾਂਦੀ ਹੈ। ਇਹ ਸਰੋਵਰ ਸੀ ਇਸ ਜਗ੍ਹਾ ਦੇ ਉੱਤੇ, ਇਹ ਦੇਖੋ ਇਹ ਜਿਹੜਾ ਹੁਣ ਛੱਪੜ 'ਚ ਕਨਵਰਟ ਹੋਇਆ ਹੋਇਆ, ਇਹ ਸਰੋਵਰ ਸੀ ਇਸ ਪਿੰਡ ਦਾ, ਔਰ ਇਹਦੀ ਕਾਫੀ ਜ਼ਿਆਦਾ ਸਾਰੀ ਲੈਂਡ ਜਿਹੜੀ ਹੈ ਇਸ ਦੇ ਨਾਮ ਦੇ ਉੱਤੇ ਦੱਸੀ ਜਾਂਦੀ ਹੈ। ਚਿਰਾਗ ਬੱਤੀ ਵਾਸਤੇ ਬਹੁਤ ਜ਼ਿਆਦਾ ਸਾਰਾ ਕੁਛ ਇੱਥੇ ਸੀ। ਇਹ ਤੁਸੀਂ ਦੇਖੋ ਇਹ ਵੀ ਬਣੇ ਹੋਏ ਨੇ, ਇਹ ਵੀ ਬਣੇ ਹੋਏ ਨੇ ਇਸ ਜਗ੍ਹਾ 'ਤੇ, ਕੁੱਲ ਮਿਲਾ ਕੇ 2, 4, 6, 8 ਬਾਹਰ ਵਾਲੇ ਪਾਸੇ ਸਨ ਦੀਵੇ ਜਲਾਉਣ ਦੀ ਜਗ੍ਹਾ, ਔਰ 12 ਜਗ੍ਹਾ ਜਿਹੜੀਆਂ ਨੇ ਅੰਦਰ ਬਣੀਆਂ ਹੋਈਆਂ ਨੇ, ਔਰ ਬਹੁਤ ਮਿਹਨਤ ਕੀਤੀ ਗਈ ਹੈ ਇਸ ਆਰਟ ਦੇ ਉੱਤੇ। ਲੇਕਿਨ ਸਮੇਂ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਖਤਮ ਹੋ ਰਹੀਆਂ ਨੇ, ਅਲੋਪ ਹੋ ਰਹੀਆਂ ਨੇ, ਔਰ ਇਸ ਦੀ ਕੋਈ ਕੇਅਰ ਨਹੀਂ ਕੀਤੀ ਜਾ ਰਹੀ। ਮੇਰੀ ਰਿਕੁਐਸਟ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਔਰ ਸਿੱਖ ਹੈਰੀਟੇਜ ਵਾਲਿਆਂ ਕੋਲੋਂ ਕਿ ਵੀ ਪਲੀਜ਼ 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 ਇਹਨੂੰ ਜਿਹੜਾ ਹੈ ਉਹ ਜਿਹੜਾ ਸੇਵ ਕਰੋ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਖੋਰੇ ਸੱਚ ਸੰਤਾਲੀ ਦੇ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ।